ਪੁਲਿਸ ਬਹੁਤ ਵਧੀਆ ਆਪਣੀ ਡਿਊਟੀ ਕਰ ਰਹੀ ਹੈ। ਦੇਖੋ ਤੁਹਾਡੀ ਡਿਊਟੀ ਆ, ਅਸੀਂ ਰੋਕਿਆ ਕਿਸੇ ਨੂੰ ਨਹੀਂ। ਹਾਂਜੀ ਦੋਸਤੋ, ਭਗਵੰਤ ਮਾਨ ਸਰਕਾਰ ਦੀ ਸਿੱਧੀ ਗੁੰਡਾਗਰਦੀ ਦਿਖਾਉਂਦੇ ਆ, ਕਿਸੇ ਨੂੰ ਵੀ ਜਿਹੜਾ ਭਾਨੇ ਸਿੱਧੂ ਦੀ ਰੈਲੀ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ। ਅੱਜ ਜਿਹੜਾ ਇਹ ਰਾਹ ਹੈ ਤੁਹਾਨੂੰ ਮੈਂ ਦੱਸ ਦਵਾਂ ਕਿ ਇਹ ਰਾਹ ਜਿਹੜਾ ਸਿੱਧਾ ਜਾ ਰਿਹਾ ਹੈ ਬੁੜਲਾ ਅੱਡੇ ਤੋਂ ਭੀਖੀ ਵਾਲਾ ਰੋਡ ਹੈ, ਅਤੇ ਭੀਖੀ ਵਾਲੇ ਰੋਡ ਤੋਂ ਇੱਥੇ ਜਿਹੜਾ ਇੱਕ ਬਹੁਤ ਵੱਡਾ ਨਾਕਾ ਲੱਗਿਆ ਹੋਇਆ। ਜਿਵੇਂ ਸਭ ਨੂੰ ਪਤਾ ਹੈ ਕਿ ਅੱਜ ਭਾਨੇ ਸਿੱਧੂ ਦਾ ਜਿਹੜਾ ਭਾਨੇ ਸਿੱਧੂ ਵੀਰ ਦੇ ਲਈ ਇੱਕ ਇਕੱਠ ਰੱਖਿਆ ਗਿਆ, ਉਹ ਇਕੱਠ ਰੱਖਿਆ ਗਿਆ ਸੰਗਰੂਰ ਦੇ ਵਿੱਚ। ਸੋ ਦੋਸਤੋ, ਸੰਗਰੂਰ ਦੇ ਵਿੱਚ ਅਸੀਂ ਜਾ ਰਹੇ ਹਾਂ, ਅਤੇ ਸੰਗਰੂਰ ਤੋਂ ਜਾਣ ਤੋਂ ਪਹਿਲਾਂ ਇਹ ਗੱਡੀਆਂ ਦੇ ਕਾਫਲੇ ਗੱਡੀਆਂ ਨੂੰ ਰੋਕਿਆ ਜਾ ਰਿਹਾ ਇਸ ਜਗ੍ਹਾ ਦੇ ਉੱਤੇ। ਬਹੁਤ ਹੀ ਵੱਡਾ, ਕਾਫੀ ਹਾਈ ਰੈਂਕ ਦਾ, ਕਾਫੀ ਤਕੜਾ ਨਾਕਾ ਲੱਗਿਆ ਹੋਇਆ। ਤਾਂ ਦੋਸਤੋ, ਇਸ ਨਾਕੇ ਦੇ ਉੱਤੇ ਜਦੋਂ ਵੀ ਕੋਈ ਲੰਘਦਾ ਤਾਂ ਪੁੱਛਿਆ ਜਾਂਦਾ ਕਿ ਤੁਸੀਂ ਕਿੱਥੇ ਜਾ ਰਹੇ ਹੋ। ਤਾਂ ਅਗਰ ਕੋਈ ਵੀ ਬੰਦਾ ਕਹਿੰਦਾ ਕਿ ਅਸੀਂ ਸੰਗਰੂਰ ਜਾਂ ਭਾਨੇ ਸਿੱਧੂ ਦੇ ਜਾਂ ਰੈਲੀ 'ਚ ਜਾ ਰਹੇ ਹਾਂ, ਤਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਅਤੇ ਵਾਪਸ ਕੀਤਾ ਜਾ ਰਿਹਾ। ਦੋਸਤੋ, ਹਾਲਾਂਕਿ ਹਰ ਰਾਸਤੇ ਬਹੁਤ ਨੇ, ਚਲੇ ਜਾਵਾਂਗੇ ਜੋ ਵੀ ਆ ਬੰਦਾ ਜਾਊਗਾ। ਦੋਸਤੋ, ਅਸੀਂ ਇਸ ਜਿਹੜਾ ਪੁਲਿਸ ਮੁਲਾਜ਼ਮ ਨੇ ਇਹਨਾਂ ਨੂੰ ਕਿਹਾ ਕਿ ਅਸੀਂ ਜਿਹੜਾ ਸਾਡੀ ਡਿਊਟੀ ਹੈ ਕਿ ਅਸੀਂ ਮੀਡੀਆ ਤੋਂ ਹਾਂ, ਅਤੇ ਮੀਡੀਆ ਤੋਂ ਹਾਂ ਇਸ ਕਰਕੇ ਅਸੀਂ ਅੱਗੇ ਜਾ ਰਹੇ ਹਾਂ, ਪਰ ਇਹਨਾਂ ਨੇ ਸਾਨੂੰ ਵਾਪਸ ਕਰ ਦਿੱਤਾ। ਦੋਸਤੋ, ਜਦੋਂ ਮੀਡੀਆ ਨਾਲ ਇੰਨਾ ਧੱਕਾ ਹੋ ਰਿਹਾ ਕਿ ਮੀਡੀਆ ਨੂੰ ਵਾਪਸ ਭੇਜਿਆ ਜਾ ਰਿਹਾ, ਤਾਂ ਤੁਸੀਂ ਆਪ ਦੱਸ ਸਕਦੇ ਹੋ ਕਿ ਆਮ ਬੰਦੇ ਨਾਲ ਮਤਲਬ ਕਿੰਨਾ ਧੱਕਾ ਹੁੰਦਾ ਹੋਊਗਾ। ਤਾਂ ਦੋਸਤੋ, ਅੱਜ ਅਸੀਂ ਜਿਹੜਾ ਇਹ ਤੁਹਾਨੂੰ ਮੇਨ ਨਾਕਾ ਦਿਖਾ ਰਹੇ ਹਾਂ, ਪਹੁੰਚੇ ਆਪਾਂ ਜਿਹੜਾ ਇੱਧਰ ਭਾਨੇ ਸਿੱਧੂ ਦਾ ਪਿੰਡ ਵੀ ਆਉਂਦਾ, ਕਿਉਂਕਿ ਅਗਰ ਆਪਾਂ ਜਾਣਾ ਹੋਵੇ ਬੁੜਲਾਡਾ, ਬੁੜਲਾਡੇ ਤੋਂ ਭੀਖੀ, ਭੀਖੀ ਤੋਂ ਨਾਲ ਹੀ ਜਿਹੜਾ ਭਾਨੇ ਸਿੱਧੂ ਦਾ ਪਿੰਡ ਪੈ ਜਾਂਦਾ 10-12 ਕਿਲੋਮੀਟਰ ਦੀ ਰੇਂਜ 'ਚ। ਤਾਂ ਦੋਸਤੋ, ਇੱਥੇ ਬਹੁਤ ਹੀ ਵੱਡਾ ਜਿਹੜਾ ਨਾਕਾ ਲੱਗਿਆ ਗਿਆ, ਤੁਸੀਂ ਦੇਖ ਰਹੇ ਹੋ, ਅਤੇ ਇਸ ਨਾਕੇ ਦੇ ਉੱਤੇ ਗੱਡੀਆਂ ਨੂੰ ਰੋਕਿਆ ਜਾ ਰਿਹਾ। ਚਲੋ ਠੀਕ ਹੈ, ਪੁਲਿਸ ਆਪਣੀ ਡਿਊਟੀ ਕਰ ਰਹੀ ਹੈ, ਪਰ ਮੈਂ ਸਿਰਫ ਇੰਨਾ ਪੁੱਛਣਾ ਚਾਹੁੰਦਾ ਕਿ ਮੀਡੀਆ ਨੂੰ ਕਿਉਂ ਰੋਕਿਆ ਜਾ ਰਿਹਾ? ਇਹ ਵੀ ਆਪਣੀ ਡਿਊਟੀ ਕਰ ਰਹੇ ਨੇ, ਸੋ ਸਾਨੂੰ ਵੀ ਹੈ ਨਾ ਆਪਣੀ ਡਿਊਟੀ ਕਰਨ ਦਾ ਪੂਰਾ ਪੂਰਾ ਅਧਿਕਾਰ ਹੈ, ਪੂਰਾ ਪੂਰਾ ਹੱਕ ਹੈ, ਪਰ ਸਾਨੂੰ ਵੀ ਵਾਪਸ ਕੀਤਾ ਗਿਆ। ਆਪਾਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਸਾਨੂੰ ਕਿਉਂ ਰੋਕਿਆ ਗਿਆ। ਤਾਂ ਆਓ ਆਪਾਂ ਜਿਹੜੇ ਮੁਲਾਜ਼ਮ ਨੇ ਗੱਲਬਾਤ ਕਰਾਂਗੇ। ਆਪਣਾ ਕੰਮ, ਆਪਣੀ ਡਿਊਟੀ ਕਰ ਰਹੀ ਹੈ ਪੰਜਾਬ ਪੁਲਿਸ, ਬਹੁਤ ਵਧੀਆ ਗੱਲ ਹੈ, ਪਰ ਜਿੱਦਾਂ ਇਹਨਾਂ ਨੂੰ ਆਪਣੀ ਡਿਊਟੀ ਪਿਆਰੀ ਹੈ, ਸੋ ਸਾਨੂੰ ਵੀ ਆਪਣੀ ਡਿਊਟੀ ਪਿਆਰੀ ਹੈ, ਸੋ ਸਾਨੂੰ ਕਿਉਂ ਨਹੀਂ ਜਿਹੜੀ ਡਿਊਟੀ ਕਰਨ ਦਿੱਤੀ ਜਾ ਰਹੀ? ਆਓ ਆਪਾਂ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ, ਮੀਡੀਆ ਨੂੰ ਕਿਉਂ ਰੋਕਿਆ ਜਾ ਰਿਹਾ ਜੀ? ਕਿਸੇ ਨੂੰ ਰੋਕਿਆ ਨਹੀਂ ਮੀਡੀਆ ਨੂੰ, ਸਾਨੂੰ ਰੋਕਿਆ ਜੀ ਮੀਡੀਆ ਨੂੰ। ਦੇਖੋ, ਪੰਜਾਬ ਪੁਲਿਸ ਬਹੁਤ ਵਧੀਆ ਆਪਣੀ ਡਿਊਟੀ ਕਰ ਰਹੀ ਹੈ। ਦੇਖੋ, ਤੁਹਾਡੀ ਡਿਊਟੀ ਅਸੀਂ ਰੋਕਿਆ ਕਿਸੇ ਨੂੰ ਨਹੀਂ। ਹਾਂਜੀ, ਸਿਰਫ ਚੈਕਿੰਗ ਹੋ ਰਹੀ ਆ। ਹਾਂਜੀ, ਚੈੱਕ ਕਰਕੇ ਤੁਹਾਡੇ ਸਾਹਮਣੇ ਗੱਡੀ, ਉਹ ਦੇਖੋ ਕਿੱਥੇ ਖੜੀ ਆ, ਮੈਂ ਵਾਪਸ ਲੈ ਕੇ ਗਿਆ। ਤੁਸੀਂ ਜਾਓ, ਕੋਈ ਇਸ਼ੂ ਨਹੀਂ ਹੈਗਾ, ਅਸੀਂ ਕਿਸੇ ਨੂੰ ਰੋਕ ਰਹੇ ਜੀ, ਸਿਰਫ ਚੈਕਿੰਗ ਹੋ ਰਹੀ ਆ। ਪਹਿਲਾਂ ਰੋਕਿਆ ਗਿਆ, ਪਹਿਲਾਂ ਮੈਨੂੰ ਇੱਥੋਂ ਵਾਪਸ ਕੀਤਾ ਗਿਆ? ਨਹੀਂ 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 ਅਸੀਂ ਵਾਪਸ ਨਹੀਂ ਕੀਤਾ, ਤੁਸੀਂ ਜਾਣਾ ਜਾ ਸਕਦੇ ਹੋ। ਦੇਖੋ, ਸਾਡੇ ਭਰਾ, ਮੇਰਾ ਖੁਦ ਭਰਾ ਪੰਜਾਬ ਪੁਲਿਸ ਦੇ ਵਿੱਚ ਆ, ਹੈ ਨਾ, ਬਹੁਤ ਸੋਹਣੀ ਡਿਊਟੀ। ਅਸੀਂ ਚੈਕਿੰਗ ਕਰਕੇ ਦੌੜ ਰਹੇ ਹਾਂ ਗੱਡੀਆਂ ਸਿਰਫ, ਅਸੀਂ ਕੋਈ ਰੋਕੀ ਹੈ ਗੱਡੀ ਦੱਸੋ? ਮੇਰੀ ਖੁਦ ਹੀ ਰੋਕੀ ਸੀ। ਤੁਸੀਂ ਜਾ ਸਕਦੇ ਹੋ ਬਈ, ਫਰੀ ਹੋ।